ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਸਾਡਾ ਬਾਲੀਵੁੱਡ ਚ। ਸੋ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਹਾਜ਼ਰ ਹਾਂ ਲੈ ਕੇ ਨਵੀਂ ਯਾਨੀ ਕਿ ਅੱਜ ਰਿਲੀਜ਼ ਹੋਈ ਫਿਲਮ ਹਰਜੀਤਾ ਦਾ ਰਿਵਿਊ। ਫਿਲਮ ਦੇ ਟ੍ਰੇਲਰ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਫਿਲਮ ਸਾਡੀ ਰਾਸ਼ਟਰੀ ਖੇਡ ਹਾਕੀ ਤੇ ਆਧਾਰਿਤ ਹੈ। ਇਸ ਤੋਂ ਪਹਿਲਾਂ ਵੀ ਹਾਕੀ ਤੇ ਰਣਜੀਤ ਬਾਵਾ ਦੀ ਫਿਲਮ ਖਿੱਦੋ ਖੁੰਡੀ ਨੇ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਕੋਸ਼ਿਸ਼ ਉਹਨੀ ਸਫਲ ਨਹੀਂ ਹੋ ਪਾਈ। ਉਸ ਤੋਂ ਬਾਅਦ ਯਾਨੀ ਕਿ ਹੁਣ ਸਿਲਸਲਨ ਪ੍ਰੋਡਕਸ਼ਨ ਤੇ ਮਲਿਕਾ ਪ੍ਰੋਡਕਸ਼ਨ ਨੇ ਪੇਸ਼ ਕੀਤੀ ਫਿਲਮ ਹਰਜੀਤਾ, ਜਿਸ ਦੀ ਕਹਾਣੀ ਨੂੰ ਜਗਦੀਪ ਸਿੱਧੂ ਦੀ ਕਲਮ ਦੁਆਰਾ ਲਿਖਿਆ ਗਿਆ ਹੈ। ਹਰਜੀਤ ਸਿੰਘ ਤੁਲੀ ਤੇ ਫਿਲਮ ਬਣਾਉਣ ਦਾ ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਹਰਜੀਤ ਸਿੰਘ ਇੱਕ ਗਰੀਬ ਪਰਿਵਾਰ ਚੋਂ ਨਿਕਲ ਕੇ ਆਪਣੀ ਮਿਹਨਤ ਸਦਕਾ ਛੋਟੀ ਉਮਰ 'ਚ ਵੱਡੀ ਉਪਲਬਧੀ ਹਾਸਲ ਕਰਨ ਵਾਲੇ ਨੌਜਵਾਨ ਨੇ। ਸੋ ਜੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫਿਲਮ ਹਰਜੀਤਾ 'ਚ ਲੀਡ ਰੋਲ ਨਿਭਾ ਰਹੇ ਐਮੀ ਦੀ। ਐਮੀ ਦੀ ਫਿਜ਼ੀਕਲ ਟ੍ਰਾਂਸਫਾਰਮੇਸ਼ਨ ਦੇ ਕੇ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਐਮੀ ਨੇ ਫਿਲਮ ਲਈ ਕਿੰਨੀ ਮਿਹਨਤ ਕੀਤੀ ਹੋਈ ਹੈ। ਫਿਲਮ 'ਚ ਐਮੀ ਵਿਰਕ ਦੇ ਓਪੋਜ਼ਿਟ ਸਾਵਨ ਰੂਪੋਵਾਲੀ ਨੇ ਚੰਗਾ ਕਿਰਦਾਰ ਨਿਭਾਇਆ। ਇਸ ਤੋਂ ਇਲਾਵਾ ਸਮੀਪ ਸਿੰਘ, ਪੰਕਜ ਤ੍ਰਿਪਾਠੀ, ਰਾਜ ਚੰਚਲ, ਗੁਰਪ੍ਰੀਤ ਕੌਰ ਪੰਗੂ ਤੇ ਹੋਰ ਅਦਾਕਾਰਾਂ ਨੇ ਵੀ ਆਪਣੇ ਕਿਰਦਾਰਾਂ ਨੂੰ ਵਧੀਆ ਨਿਭਾਉਣ ਦੀ ਚੰਗੀ ਕੋਸ਼ਿਸ਼ ਕੀਤੀ ਹੈ। ਫਿਲਮ ਦੇ ਸਾਰੇ ਗੀਤਾਂ ਨੇ ਫਿਲਮ 'ਚ ਇੱਕ ਵੱਖਰਾ ਰੰਗ ਬੰਨਿਆ। ਸੋ ਜੀ, ਕੁੱਲ ਮਿਲਾ ਕੇ ਫਿਲਮ ਹਰਜੀਤਾ ਫੈਮਿਲੀ ਦੇ ਨਾਲ ਦੇਖਣ ਵਾਲੀ ਇੱਕ ਚੰਗੀ ਫਿਲਮ ਹੈ ਜੋ ਕਿ ਖੁਸ਼ੀ ਦੇ ਨਾਲ ਨਾਲ ਦਰਸ਼ਕਾਂ ਨੂੰ ਥੋੜਾ ਜਿਹਾ ਭਾਵੁਕ ਵੀ ਕਰੇਗੀ। ਸੋ ਤੁਸੀਂ ਵੀ ਜਾਓ ਤੇ ਫਿਲਮ ਦੇ ਨਾਲ ਵੀਕਐਂਡ ਦਾ ਆਨੰਦ ਲਵੋ। ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਲੈ ਕੇ ਨਵੀਂ ਫਿਲਮ ਦਾ ਰਿਵਿਊ। ਤਦ ਤੱਕ ਤੁਸੀਂ ਦੇਖਦੇ ਰਹੋ ਸਪੋਕਸ।